ਬਹੁਤ ਮਾੜੇ ਆ, ਦੋ ਟਾਈਮ ਦੀ ਰੋਟੀ ਤੋਂ ਵੀ ਔਖੇ ਆ। ਅਸੀਂ ਦੋ ਟਾਈਮ ਦੇ ਮੰਜੇ ਬਣਾ ਕੇ ਗੁਜ਼ਾਰਾ ਕਰਦੇ ਹਾਂ ਆਪਣਾ। ਇਹੋ ਮੰਗ ਕਰਦੇ ਸਰਕਾਰ ਨੂੰ ਕਿ ਸਾਡਾ ਘਰ ਬਣਾ ਲਵੇ ਕਿ ਦੋ ਟਾਈਮ ਦੀ ਰੋਟੀ ਵਧੀਆ ਖਾ ਸਕੀਏ, ਬਾਥਰੂਮ ਬਣਾ ਲਵੇ, ਘਰ ਬਣਾ ਲਵੇ। ਕੁਲਵੰਤ ਕੌਰ ਕਿਹੜੇ ਪਿੰਡ ਜੀ? ਚਤਾਲਾ। ਤੇ ਕੀ ਹਾਲਾਤ ਸਾਰੇ ਘਰ ਦੇ ਬਣੇ ਭੈਣੇ, ਬਾਲੇ ਵੀ ਟੁੱਟੇ ਪਏ, ਸਾਰਾ ਕੁਛ, ਕੀ ਗੱਲ? ਕੀ ਕੰਮ ਕਰ ਇੰਨਾ ਕੁ ਹੈਗਾ ਵਾ, ਜਿੰਨਾ ਕੁ ਕਮਾ ਲਈਦਾ ਉਨਾ ਕੁ ਗਰ ਸਮ ਬੱਚੇ ਵੇਚਦੇ ਆ, ਤੇ ਗੁਜ਼ਾਰਾ ਹੁੰਦਾ ਮਾੜਾ ਮੋਟਾ, ਆਪ ਰਲ ਮਿਲ ਕੇ ਕਰੀਦਾ ਵਾ। ਦਾਰੂ ਕੀ? ਦਾਰੂ ਸੁਰਮਾ ਖੰਜ ਪਾਉਣ ਵਾਲਾ ਮੇਲਿਆਂ ਚ? ਹਾਂਜੀ ਹਾਂਜੀ, ਮੇਲਿਆਂ ਚ। ਤੇ ਘਰੇ ਕੀ ਕੰਮ ਕਰਦੇ? ਘਰੇ ਅਸੀਂ ਮੰਜੇ ਬਣਾਉਂਦੇ ਆ। ਕਿੰਨੀਆਂ ਧੀਆਂ? ਤਿੰਨ। ਤਿੰਨੇ ਧੀਆਂ? ਹਾਂਜੀ, ਤਿੰਨ ਧੀਆਂ। ਘਰ ਦੇ ਤੁਸੀਂ ਵੇਖਿਆ ਸਾਰਾ ਪਰਿਵਾਰ ਇੱਕੇ ਛੱਤ ਥੱਲੇ ਜੀ? ਹਾਂਜੀ, ਇੱਕੇ ਛੱਤ ਥੱਲੇ। ਤੇ ਮੀਂਹ ਕਣੀ ਚ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ? ਇਦਾਂ ਹੀ ਰਲ ਮਿਲ ਕੇ ਲਈਦਾ। ਤੇ ਹਾਲਾਤ ਹੁਣ ਕੀ, ਕਿਸ ਤਰ੍ਹਾਂ ਰੋਟੀ ਪਾਣੀ ਦਾ ਗੁਜ਼ਾਰਾ, ਕਿਸ ਤਰ੍ਹਾਂ? ਇਦਾਂ ਕੁਛ ਅਸੀਂ ਆਪ ਕਰਦੇ ਆ ਤੇ ਕੁਛ ਬੱਚੇ ਕਰਦੇ ਨਾਲ ਮਾੜਾ ਮੋਟਾ। ਤੇ ਘਰ ਸ਼ੁਰੂ ਤੋਂ ਹੀ ਇਦਾਂ? ਹਾਂਜੀ, ਸ਼ੁਰੂ ਤੋਂ ਇਦਾਂ। ਯਾਰ ਨਾ ਕੋਈ ਗੁਸਲਖਾਨਾ ਨਾ ਬਾਥਰੂਮ, ਇਦਾਂ ਹੀ। ਕੀ ਮੰਗ ਕਰਦੇ? ਇਹ ਵੀ ਆਪਾਂ ਨੂੰ ਕੋਈ ਸਹੂਲਤ ਮਿਲ ਜਾਵੇ ਉਹਨਾਂ ਵੱਲੋਂ। ਕੀ ਨਾ ਕਾ? ਕਿਧਰ? ਪ੍ਰੀਤੀ। ਤੇ ਕੀ ਗੱਲ ਆ, ਕੀ ਹਾਲਾਤ ਨੇ ਘਰ ਦੇ? ਘਰ ਦੇ ਹਾਲਾਤ ਬਹੁਤ ਮਾੜੇ ਆ, ਦੋ ਟਾਈਮ ਦੀ ਰੋਟੀ ਤੋਂ ਵੀ ਔਖੇ ਆ। ਕੀ ਗੱਲ? ਕੀ ਹੈ? ਕੰਮ ਕਰ ਨਹੀਂ ਕੋਈ? ਕੰਮ ਘੱਟ ਆ, ਕੰਮ ਕਮਾਉਣ ਵਾਲਾ ਵੀ ਕੋਈ ਨਹੀਂ ਆ। ਅਸੀਂ ਦੋ ਟਾਈਮ ਦੇ ਮੰਜੇ ਬਣਾ ਕੇ ਗੁਜ਼ਾਰਾ ਕਰਦੇ ਆ ਆਪਣਾ। ਤੇ ਆ ਜੇ ਕੀ ਆ, ਨਾ ਕੋਈ ਗੁਸਲਖਾਨਾ ਹੈਗਾ, ਨਾ ਕੋਈ ਛੱਤ ਆ, ਕੀ ਗੱਲ? ਕੀ ਹੈ? ਇੱਦਾਂ ਹੀ ਆ, ਘਰ ਦੀ ਆਮਦਨ ਘੱਟ ਹੋਣ ਕਰਕੇ ਫਿਰ ਮਾੜਾ ਚੰਗਾ ਰੋਟੀ ਜੋਗਾ ਹੀ ਕਰਦੇ ਆ। ਕੋਈ ਸਰਪੰਚ ਪੰਚ ਨੇ ਕਿਸੇ ਨੇ ਨਹੀਂ ਕਿਸੇ ਨੇ ਬਣਾ ਕੇ ਦਿੱਤਾ? ਨਹੀਂ, ਕਿਹਾ ਸੀ ਬੜੇ ਜਾਣਿਆਂ ਨੂੰ, ਪਰ ਉਹ ਕਹਿੰਦੇ ਸੀ ਆ ਲੈਂਦੇ ਸਾਡੀ ਸਰਕਾਰ ਫਿਰ ਕਰਾ ਦਾਂਗੇ। ਜਦੋਂ ਸਰਕਾਰ ਆਉਂਦੀ ਆ ਫਿਰ ਕੋਈ ਪੁੱਛਦਾ ਨਹੀਂ ਆ। ਕੀ ਮੰਗ ਕਰਦੇ ਜੀ ਹੁਣ? ਇਹੋ ਮੰਗ ਕਰਦੇ ਸਰਕਾਰ ਨੂੰ ਕਿ ਸਾਡਾ ਘਰ ਬਣਾ ਦੇਵੇ ਕਿ ਦੋ ਟਾਈਮ ਦੀ ਰੋਟੀ ਵਧੀਆ ਖਾ ਸਕੀਏ, ਬਾਥਰੂਮ ਬਣਾ ਦੇਵੇ, ਘਰ ਬਣਾ ਦੇਵੇ। ਸਾਡਾ ਘਰ ਬਣਾ ਲਵੇ ਕਿ ਦੋ ਟਾਈਮ ਦੀ ਰੋਟੀ ਵਧੀਆ ਖਾ ਸਕੀਏ, ਬਾਥਰੂਮ ਬਣਾ ਲਵੇ, ਘਰ ਬਣਾ ਲਵੇ।